ਸੁਬਹਾ 6 ਵਜੇ ਚੱਲੇ ਵੀ ਜੀ, 2 ਘੰਟੇ ਜਿੱਥੇ ਆਏ ਜਦੋਂ ਇੱਥੇ ਆ ਕੇ ਦੇਖੇ ਤਾਂ ਹੜਤਾਲ ਜੀ, ਖੱਜਲ ਖੁਆਰੀ ਬਹੁਤ ਜ਼ਿਆਦਾ ਜੀ। ਸਰਕਾਰ ਤਾਂ ਕਹਿੰਦੇ ਸੀ ਪ੍ਰਬੰਧ ਬਹੁਤ ਵਧੀਆ ਕੀਤੇ, ਰੋਈ ਜਾਂਦੇ ਇੱਥੇ ਬੈਠੇ ਸੁੱਕੋ ਜਾਂਦੇ। ਡਾਕਟਰ ਇਹ ਕਹਿ ਰਹੇ ਆ ਵੀ ਇੱਥੇ ਡਾਕਟਰ ਵਧਾਏ ਜਾਣ, ਹਸਪਤਾਲਾਂ 'ਚ ਪ੍ਰਬੰਧ ਵਧਾਏ ਜਾਣ, ਸਾਨੂੰ ਸੁਰੱਖਿਆ ਦਿੱਤੀ ਜਾਵੇ। ਡਾਕਟਰ ਤਾਂ ਜ਼ਰੂਰੀ ਵਧਾਏ ਜਾਣ, ਇੰਨੀ ਸੰਗਤ ਔਖੀ ਬੈਠੀ ਹੈ, ਫਿਰ ਫਾਇਦਾ ਕੀ ਆ ਜਾਂਦਾ ਸਾਡਾ, ਨਾ ਕੋਈ ਇਹਨਾਂ ਦਾ ਫਾਇਦਾ, ਹਸਪਤਾਲ ਦਾ ਸਾਨੂੰ ਕੋਈ ਸਹਾਰਾ ਨਹੀਂ। ਜਿਸ ਦਿਨ ਸਰਕਾਰੀ ਹਸਪਤਾਲ ਬੰਦ ਹੋ ਜਾਣਗੇ ਤਾਂ ਜਿਹੜੇ ਪ੍ਰਾਈਵੇਟ ਹਸਪਤਾਲ ਬਘਿਆੜਾਂ ਵਾਂਗ ਪਹਿਲਾਂ ਹੀ ਲੋਕਾਂ ਦਾ ਖੂਨ ਪੀਂਦੇ ਆ ਤਾਂ ਉਹ ਖੂਨ ਪੀਣਾ ਹੋਰ ਵਧਾ ਦੇਣਗੇ। ਸਰਕਾਰ ਡਾਕਟਰਾਂ ਨਾਲ ਗੱਲ ਕਰਨ ਦੀ ਬਜਾਏ ਮਰੀਜ਼ਾਂ ਨੂੰ ਖੱਜਲ ਖੁਆਰ ਹੋਣ 'ਤੇ ਛੱਡ ਰਹੀ ਹੈ। ਜਦੋਂ ਇੱਕ ਡਾਕਟਰ ਹੈ ਉਹਦੇ ਕੋਲ ਅਸੀਂ ਕਿੰਨੇ ਕਿੰਨੇ ਜਾ ਕੇ ਲੈਣਾ ਲੱਗੀ ਰਹਿੰਦੀ, ਅਲਮੇ ਕਤਾਰਾਂ, ਉਹ ਵੀ ਕਿੰਨਾ ਕੁ ਦੇਖ ਲੂਆ। ਸਰਕਾਰੀ ਤੰਤਰ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ, ਪਰ ਜਿਸ ਤਰੀਕੇ ਦੇ ਨਾਲ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀ ਤਾਂ ਉਦੋਂ ਇਹ ਲੱਗਦਾ ਕਿ ਆਹ ਹਸਪਤਾਲ ਚੰਦ ਦਿਨਾਂ ਦੀ ਗੱਲ ਹੈ। ਪੰਜਾਬ ਸਰਕਾਰ ਕਹਿੰਦੀ ਸੁਧਾਰ ਕੀਤਾ ਸੀ ਇਹਨਾਂ ਹਸਪਤਾਲਾਂ 'ਚ, ਹੋਇਆ ਕੁਝ? ਇਸ ਮੁਲਕ 'ਚ ਸੁਧਾਰ ਹੋਣਾ ਬਹੁਤ ਮੁਸ਼ਕਲ ਹੈ। ਸਟਾਫ ਤਾਂ ਪੂਰਾ ਚਾਹੀਦਾ ਜੀ, ਉਹ ਤਾਂ ਆਪਾਂ ਨੂੰ ਪਤਾ ਜੀ ਕਿੰਨੀ ਦੂਰੋਂ ਆਉਂਦੀ ਦੁਨੀਆ ਜੀ, ਅਸੀਂ ਵੀ ਹੁਣ ਬਹੁਤ ਤੋਂ ਆਏ ਹਾਂ, ਅੱਗੋਂ ਹੜਤਾਲ ਆ, ਅਸੀਂ ਵੀ ਪਰੇਸ਼ਾਨ ਹੈਗੇ ਹਾਂ। ਸਰਕਾਰ ਨੂੰ ਚਾਹੀਦੀ ਆ ਵੀ ਉਹਨਾਂ ਦੀਆਂ ਮੰਗਾਂ ਡਾਕਟਰਾਂ ਦੀਆਂ ਪੂਰੀਆਂ ਕਰਨ। ਜਿਹੜੀਆਂ ਗੱਲਾਂ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਕ੍ਰਾਂਤੀ ਆ ਗਈ ਸਿੱਖਿਆ ਦੇ ਸਿਹਤ ਦੇ ਵਿੱਚ, ਉਹ ਆਈ ਲੱਗਦੀ ਹੈ? ਨਹੀਂ, ਹਜੇ ਤੱਕ ਕੁਛ ਨਹੀਂ ਹੈ। ਸਿਹਤ ਅਤੇ ਸਿੱਖਿਆ ਦੇ ਨਾਮ 'ਤੇ ਬਣੀ ਪੰਜਾਬ ਸਰਕਾਰ, ਜਿਹੜੀ ਇਹ ਕਹਿੰਦੀ ਸੀ ਕਿ ਦਿੱਲੀ ਵਾਲਾ ਮਾਡਲ ਪੰਜਾਬ ਦੇ ਵਿੱਚ ਲਾਗੂ ਕਰ ਦੇਣਾ, ਸਿਹਤ ਕ੍ਰਾਂਤੀ ਆਵੇਗੀ, ਅਜਿਹੇ ਹਸਪਤਾਲ ਬਣ ਜਾਣਗੇ, ਡਾਕਟਰਾਂ ਨੂੰ ਅਜਿਹੀਆਂ ਸਹੂਲਤਾਂ ਮਿਲਣਗੀਆਂ ਕਿ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ। ਪਰ ਇਸੇ ਸਰਕਾਰ ਦੀ ਇਸ ਸਿਹਤ ਕ੍ਰਾਂਤੀ ਦੀ ਫੂਕ ਉਦੋਂ ਨਿਕਲਦੀ ਦਿਖਾਈ ਦਿੱਤੀ ਜਦੋਂ ਡਾਕਟਰਾਂ ਵੱਲੋਂ 3 ਦਿਨਾਂ 'ਤੇ ਹੜਤਾਲ 'ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ। 11 ਵਜੇ ਤੱਕ ਹਰ ਰੋਜ਼ ਡਾਕਟਰ ਜਿਹੜੇ ਆ ਉਹ 3 ਘੰਟਿਆਂ ਲਈ ਹੜਤਾਲ 'ਤੇ ਜਾਂਦੇ ਨੇ, ਤਾਂ ਉਸ ਸਮੇਂ ਦੌਰਾਨ ਮਰੀਜ਼ਾਂ ਦੀ ਵੀ ਖੱਜਲ ਖੁਆਰੀ ਹੁੰਦੀ ਹੈ, ਮਰੀਜ਼ ਆ ਕੇ ਬੈਠੇ ਰਹਿੰਦੇ ਨੇ। ਮੈਂ ਤਸਵੀਰਾਂ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਦਿਖਾਵਾਂਗਾ, ਜਿੱਥੇ OPD ਦੀਆਂ ਲਾਈਨਾਂ ਦੇ ਵਿੱਚ ਮਰੀਜ਼ ਬੈਠੇ ਨੇ ਸਵੇਰ ਦੇ, ਡਾਕਟਰਾਂ ਨੇ ਆਪਣੀ ਹੜਤਾਲ ਦਾ ਐਲਾਨ ਕੀਤਾ ਹੋਇਆ। ਸਰਕਾਰ ਡਾਕਟਰਾਂ ਨਾਲ ਗੱਲ ਕਰਨ ਦੀ ਬਜਾਏ ਮਰੀਜ਼ਾਂ ਨੂੰ ਖੱਜਲ ਖੁਆਰ ਹੋਣ 'ਤੇ ਛੱਡ ਰਹੀ ਹੈ। ਡਾਕਟਰਾਂ ਦੀਆਂ ਮੰਗਾਂ ਜਾਇਜ਼ ਨੇ, ਡਾਕਟਰ ਕੀ ਕਹਿੰਦੇ ਨੇ ਕਿ ਇਹਨਾਂ ਹਸਪਤਾਲਾਂ ਨੂੰ ਬਚਾਇਆ ਜਾਵੇ, ਇਹਨਾਂ ਹਸਪਤਾਲਾਂ ਦੇ ਵਿੱਚ ਪ੍ਰਬੰਧ ਦਿੱਤੇ ਜਾਣ, ਇਹਨਾਂ ਹਸਪਤਾਲਾਂ ਦੇ ਵਿੱਚ ਡਾਕਟਰ ਦਿੱਤੇ ਜਾਣ। ਜਿਸ ਦਿਨ ਸਰਕਾਰੀ ਹਸਪਤਾਲ ਬੰਦ ਹੋ ਜਾਣਗੇ ਤਾਂ ਜਿਹੜੇ ਪ੍ਰਾਈਵੇਟ ਹਸਪਤਾਲ ਬਘਿਆੜਾਂ ਵਾਂਗ ਪਹਿਲਾਂ ਹੀ ਲੋਕਾਂ ਦਾ ਖੂਨ ਪੀਂਦੇ ਆ ਤਾਂ ਉਹ ਖੂਨ ਪੀਣਾ ਹੋਰ ਵਧਾ ਦੇਣਗੇ। ਅਤੇ ਜਿਸ ਦਿਨ ਇਹ ਸਰਕਾਰੀ ਹਸਪਤਾਲ ਜਿੱਥੇ 10 ਰੁਪਏ ਦੀ ਪਰਚੀ, 5 ਰੁਪਏ ਦੀ ਪਰਚੀ, 20 ਰੁਪਏ ਦੀ ਪਰਚੀ ਦੇ ਨਾਲ ਇੱਕ ਗਰੀਬ ਵੀ ਘਰ ਦੇ ਵਿੱਚ ਇਲਾਜ ਕਰਵਾ ਲੈਂਦਾ, ਗਰੀਬ ਦੇ ਘਰ ਤੱਕ ਵੀ ਦਵਾਈ ਪਹੁੰਚ ਜਾਂਦੀ ਹੈ, ਉਹ ਇਲਾਜ ਗਰੀਬ ਦੀ ਪਹੁੰਚ ਤੋਂ ਦੂਰ ਹੋ ਜਾਵੇਗਾ। ਅੱਜ ਵੀ ਜੇਕਰ ਕਿਸੇ ਘਰ ਦੇ ਵਿੱਚ ਭਿਆਨਕ ਬਿਮਾਰੀ ਲੱਗ ਜਾਵੇ, ਕੈਂਸਰ ਵਰਗੀ ਜਾਂ ਹੋਰ ਕੋਈ ਨਾਮਰਾਦ ਬਿਮਾਰੀ, ਤਾਂ ਉਹ ਗਰੀਬ ਦਾ ਘਰ ਵੀ ਖੁੰਗਲ ਕਰਕੇ ਚਲੀ ਜਾਂਦੀ ਹੈ। ਅਤੇ ਉਹ ਸਾਰੇ ਕੀ, ਉਹ ਸਾਰੇ ਸਰਕਾਰੀ ਤੰਤਰ ਦੇ ਬਾਵਜੂਦ ਵੀ, ਸਰਕਾਰੀ ਤੰਤਰ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਹੈ, ਪਰ ਜਿਸ ਤਰੀਕੇ ਦੇ ਨਾਲ ਸਰਕਾਰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੀ, ਜਿਸ ਤਰੀਕੇ ਦੇ ਨਾਲ ਸਰਕਾਰ ਇਹਨਾਂ ਚੀਜ਼ਾਂ ਵੱਲ ਗੌਰ ਨਹੀਂ ਕਰ ਰਹੀ, ਤਾਂ ਉਦੋਂ ਇਹ ਲੱਗਦਾ ਕਿ ਆਹ ਹਸਪਤਾਲ ਚੰਦ ਦਿਨਾਂ ਦੀ ਗੱਲ ਹੈ। ਮਹੱਲਾ ਕਲੀਨਿਕਾਂ ਖੋਲ੍ਹਣ ਵੱਲ ਸਰਕਾਰ ਧਿਆਨ ਦੇ ਰਹੀ ਹੈ, ਪਰ ਜਿਹੜੇ ਐਡੇ ਐਡੇ ਹਸਪਤਾਲ, ਐਡੀਆਂ ਐਡੀਆਂ ਬਿਲਡਿੰਗਾਂ, ਐਡੇ ਐਡੇ ਪ੍ਰਬੰਧ, ਉਹਨਾਂ ਵੱਲ ਧਿਆਨ ਨਾ ਦੇਣਾ, ਉਹ ਮਰੀਜ਼ਾਂ ਦੀ ਹੁੰਜੀ ਖੱਜਲ ਖੁਆਰੀ ਵੱਲ ਧਿਆਨ ਨਾ ਦੇਣਾ, ਇਹ ਸਾਰੇ ਕੁਛ ਸਵਾਲ ਖੜ੍ਹਾ ਕਰਦਾ ਕਿ ਭਗਵੰਤ ਸਿੰਘ ਮਾਨ ਸਟੇਜਾਂ 'ਤੇ ਕੁਝ ਹੋਰ ਕਹਿੰਦੇ ਨੇ ਪਰ ਜ਼ਮੀਨੀ ਹਕੀਕਤ ਜਿਹੜੀ ਹੈ ਉਹ ਕੁਝ ਹੋਰ ਹੈ। ਤੁਸੀਂ ਦਵਾਈ ਲੈਣ ਆਏ ਹੋ ਆਂਟੀ? ਹਾਂਜੀ ਹਾਂਜੀ। ਕਦੋਂ ਦੇ ਆਏ ਹੋ? ਅਭੀ ਆਈ ਹੋ। ਅਭੀ ਆਏ ਹੋ? ਹਾਂਜੀ। 11 ਵਜੇ ਖੁੱਲ੍ਹਣਾ ਹੈ ਅਜੇ ਤਾਂ? ਅੱਛਾ ਜੀ। ਤੁਸੀਂ ਕਦੋਂ ਦੇ ਆਏ? ਦਵਾਈ ਲੈਣ ਹੁਣੇ ਆਏ ਹਾਂ। ਹੁਣੇ ਆਏ? ਹਾਂਜੀ। ਇਹ ਤਾਂ ਹਜੇ 11 ਵਜੇ ਤੱਕ ਖੁੱਲ੍ਹਣਾ ਹੈ ਤਾਂ ਫਿਰ ਬੈਠੇ ਹਾਂ ਕਿ ਗੋਡਾ ਦਿਖਾਉਣਾ ਹੈ? ਹਾਂਜੀ ਹਾਂਜੀ। ਪਹਿਲੀ ਵਾਰੀ ਆਏ ਸੀ ਨਾ? ਅੱਗੇ ਗੋਡੇ ਪਵਾਏ ਹੋਏ ਹੈਗੇ, ਦਰਦ ਹੁੰਦਾ। ਤੁਸੀਂ ਕਦੋਂ ਆਏ ਹੋ ਜੀ? ਦਵਾਈ ਲੈਣ ਆਏ ਹਾਂ ਜੀ। ਦਵਾਈ ਲੈਣ ਆਏ? ਹਾਂ, ਪਹਿਲੇ ਗਈ ਥੀ।
ਇੱਕ ਮਹੀਨਾ ਖਾਈ ਹੈ ਦਵਾਈ, ਫਿਰ ਦੁਬਾਰਾ ਦਵਾਈ ਮੁੱਕ ਗਈ। ਕਿਉਂ ਖੁੱਲੂਗਾ ਵੀ ਹੜਤਾਲ ਚੱਲਦੀ ਡਾਕਟਰਾਂ? ਠੀਕ ਹੈ ਠੀਕ ਹੈ ਠੀਕ ਹੈ। ਤੁਸੀਂ ਵੀ ਦਵਾਈ ਲੈਣ ਆਏ? ਹਾਂਜੀ, ਰਾਜਗੜ੍ਹ ਤੋਂ ਜੀ। ਸੁਬਹਾ 6 ਵਜੇ ਦੇ ਚੱਲੇ ਵੇ ਜੀ। ਸੁਬਹਾ 6 ਵਜੇ? ਹਾਂਜੀ, 2 ਘੰਟੇ ਜਿੱਥੇ ਆਏ ਜਦੋਂ ਇੱਥੇ ਆ ਕੇ ਦੇਖੇ ਤਾਂ ਹੜਤਾਲ ਜੀ, ਖੱਜਲ ਖੁਆਰੀ ਬਹੁਤ ਜ਼ਿਆਦਾ ਜੀ। ਗੁੜੀਆ ਨਾਲ ਸੀਗੀ ਜੀ, ਉਹਨਾਂ ਰਿਸ਼ਤੇਦਾਰੀ ਜਿੱਥੇ ਤਾਰ ਕੇ ਅੰਦਰ ਲੋਕਲ, ਖੱਜਲ ਖੁਆਰੀ ਲੋਕਾਂ ਦੀ ਬਹੁਤ ਹੋ ਰਹੀ ਹੈ, ਬਹੁਤ ਜ਼ਿਆਦਾ ਜੀ, ਬਹੁਤ ਪਰੇਸ਼ਾਨੀ। ਆਹ ਦੇਖ ਲਓ ਕੈਮਰਾ ਘੁਮਾ ਕੇ ਦੇਖੋ, ਦਵਾਈ ਸਹੀ ਨਾਲ ਟਾਈਮ ਨਾਲ ਦਿੰਦਾ ਨਹੀਂ, ਇੱਥੇ ਡਾਕਟਰ ਟਾਈਮ ਨਾਲ ਨਹੀਂ ਆਉਂਦਾ ਹੈਗਾ। 3 ਵਾਰੀ ਆ ਗਏ, ਹਾਂ 6 ਵਜੇ ਹੁਣ ਬੈਠੇ। ਸਰਕਾਰ ਤਾਂ ਕਹਿੰਦੀ ਸੀ ਪ੍ਰਬੰਧ ਬਹੁਤ ਵਧੀਆ ਕੀਤੇ, ਮਾਤਾ ਆ ਰੂਈ ਜਾਂਦੇ, ਇੱਕ ਇੱਥੇ ਬੈਠੇ ਸੁੱਕੋ ਜਾਂਦੇ ਤਾਗਾ, ਉਹਦੀ ਕਹਿੰਦੇ ਆ ਹੁਣ ਮੁੜ ਕੇ ਇੰਨਾ ਉਹ ਕਰਦੇ, ਪਹਿਲੇ ਕਹਿੰਦੇ ਸਟੇਜਾਂ 'ਤੇ ਬੋਲਦੇ ਆ, ਮੁੜ ਕੇ ਨਹੀਂ ਕਹਿੰਦੇ, ਮੁੜ ਕੇ ਤਾਂ ਖੱਜਲ ਖਰਾਬ ਹੋਣਾ, ਇੰਨੀ ਦੁਨੀਆਂ ਬੈਠੀ ਆ, ਤੜਕੇ ਦੇ ਭੁੱਖੇ 'ਤੇ ਆਏ ਤੁਰੇ ਹਾਂ, ਜਵਾਕ ਇੰਨੇ ਤੰਗ ਹੁੰਦੇ, ਬੁਰਾ ਹਾਲ ਹੈ। ਹੈਂ ਕੀ ਕਰਕੇ ਤੀਜੀ ਵਾਰ ਆ ਗਏ ਸੀ, ਸਾਨੂੰ ਦਵਾਈ ਨਹੀਂ ਮਿਲੀ, ਤੀਜੀ ਵਾਰ ਆ ਗਏ, ਹੁਣ ਐਂ ਤਾਂ ਬੁਰਾ ਹਾਲ ਹੈ, ਫਿਰ ਬੰਦੇ ਤਾਂ ਕੀ ਕਰੇ। ਮਤਲਬ ਜਿਹੜੀਆਂ ਗੱਲਾਂ ਟੀਵੀਆਂ ਤੇ ਅਖਬਾਰਾਂ 'ਚ ਉਹ ਗੱਲਾਂ ਇੱਥੇ ਦਿਖਦੀਆਂ ਤੁਹਾਨੂੰ? ਹਾਂ, ਸਰਕਾਰਾਂ ਗੱਲਾਂ ਕਰਦੀਆਂ ਵੀ ਐਂ ਕਰ, ਨਹੀਂ ਸਰਕਾਰਾਂ ਕੁਛ ਕਹਿੰਦੀਆਂ ਨਾ ਗੱਲਾਂ ਕੁਛ ਆ ਗਈਆਂ ਉਹ ਗੱਲਾਂ, ਹਾਂ ਗੱਲਾਂ। ਡਾਕਟਰ ਇਹ ਕਹਿ ਰਹੇ ਆ ਵੀ ਇੱਥੇ ਡਾਕਟਰ ਵਧਾਏ ਜਾਣ, ਹਸਪਤਾਲਾਂ 'ਚ ਪ੍ਰਬੰਧ ਵਧਾਏ ਜਾਣ, ਸਾਨੂੰ ਸੁਰੱਖਿਆ ਦਿੱਤੀ ਜਾਵੇ, ਵੀ ਕਈ ਜਿਵੇਂ ਕੁੜੀ ਨਾ ਉੱਥੇ ਵਾਪਰ ਗਿਆ ਕਲਕੱਤੇ ਦੇ ਵਿੱਚ, ਵੀ ਉਹ ਜਿਹੀਆਂ ਘਟਨਾਵਾਂ ਸਾਡੇ ਨਾਲ ਵਾਪਰ ਜਾਣ, ਉਹਨਾਂ ਦੀਆਂ ਮੰਗਾਂ ਜਾਇਜ਼। ਹਾਂਜੀ, ਡਾਕਟਰ ਵਧਾਏ ਜਾਣ, ਠੀਕ ਆ ਠੀਕ ਆ ਠੀਕ ਆ। ਹਾਂ, ਜਿਹਦੇ 'ਚ ਹੁਣ ਪਹੁੰਚ ਨਹੀਂ ਉਹ ਕਿੱਥੋਂ ਲੈ ਲੂ ਦਵਾਈ, ਗਰੀਬ ਆ ਜਿਹੜੇ, ਡਾਕਟਰ ਤਾਂ ਜ਼ਰੂਰੀ ਵਧਾਏ ਜਾਣ, ਇੰਨੀ ਸੰਗਤ ਔਖੀ ਬੈਠੀ ਹੈ, ਫਿਰ ਫਾਇਦਾ ਕੀ ਆ ਜਾਂਦਾ ਸਾਡਾ, ਨਾ ਕੋਈ ਸੂ ਇਹਨਾਂ ਦਾ ਫਾਇਦਾ, ਹਸਪਤਾਲ ਦਾ ਸਾਨੂੰ ਕੋਈ ਸਹਾਰਾ ਨਹੀਂ। ਹੈਂ, ਦੁਖੀ ਹੋਈ ਜਾਂਦੇ, ਬੁੱਢੇ ਟੁੱਟੇ ਹੱਡ ਹੈ, ਅਤੇ ਕੋਈ ਜਵਾਕ ਵਾਲੇ ਬੈਠੇ ਬਿੱਲੀ ਪਾਪ ਉਹ ਹੋਈ ਜਾਂਦੇ ਆ। ਹੈਂ, ਬਹੁਤ ਔਖਾ ਜੀ ਇਹ, ਅਤੇ ਛੇਤੀ ਛੇਤੀ ਫਿਰ ਡਾਕਟਰ ਵਧਣ, ਸੁਧਾਰ ਹੋਵੇ ਸਭ ਦੀ, ਫਿਰ ਸਹੀ ਗੱਲ ਹੋ ਜੇ, ਹੁਣ ਤਾਂ ਬਹੁਤ ਔਖੇ ਹਾਂ। ਹੋ ਰਹੀ ਹੈ ਜੀ ਖੱਜਲ ਖੁਆਰੀ, ਕਿੰਨੀ ਹੋ ਰਹੀ ਹੈ ਜਿਹੜੀ ਹੜਤਾਲ? ਖੱਜਲ ਖੁਆਰੀ ਤੁਸੀਂ ਦੇਖੀ ਜੇ ਨਾ, ਖੱਜਲ ਖੁਆਰ ਕੋਈ ਹੈ, ਹੋਰ ਇੱਥੇ ਕੀ ਹੈ ਇਸ ਮੁਲਕ ਦੇ ਵਿੱਚ, ਹੋਰ ਕੀ ਭਾਲ ਦਿੱਤੇ ਕੀ ਹੈ? ਹੁਣ ਜਿਹੜੇ ਤੁਸੀਂ ਕਹੀ ਜਾਂਦੇ ਹੋ ਵੀ ਇਹ ਉਹ ਕੁੜੀ ਨਾਲ ਉੱਥੇ ਹੋ ਗਿਆ, ਉਹ ਕੀ ਅੱਜ ਹੈ, ਮੈਂ 50 ਸਾਲ ਦਾ ਦੇਖਤੇ ਆ ਰਿਹਾ ਉੱਥੇ। ਹੈਂ, ਸਾਡੇ ਮੁੰਡੇ ਦਾ ਡਰਾਈਵਰ ਦਾ ਐਕਸੀਡੈਂਟ ਹੋ ਗਿਆ, ਮਰਿਆ ਨਹੀਂ ਸੀ ਉਹ ਹਲੇ, ਸਾਡੇ ਜਾਂਦੇ ਨੂੰ ਮਾਰ ਤਾਂ ਅੱਖੋਂ ਦੀ ਪਹਿਲਾਂ ਕੱਢ ਲਈ। ਉੱਥੇ ਅੰਗ ਵਿਕਰੀ ਹੁੰਦੇ, ਬਾਡੀਆਂ ਵਿਕਰੀ ਹੁੰਦੇ ਉਹ ਆਰ ਜੀ ਕਾਲ ਹਸਪਤਾਲ ਦੇ ਵਿੱਚ, ਉੱਥੇ 50 ਸਾਲ ਮੈਂ ਉੱਥੇ ਅੱਖੀਂ ਦੇਖ ਕੇ ਆਇਆ ਆਪਦੇ, ਸਾਡੇ ਖੁਦ ਬਾਡੀ ਨਾਲ ਇਹ ਚੀਜ਼ ਚਾਂਸ ਵਾਪਰਿਆ, ਆਹ ਮੁੰਡਾ ਇੱਥੋਂ ਅਸੀਂ ਆਲੀਗਿਆਂ ਦਾ, ਠੀਕ ਹੈ, ਉਹ ਕਿਹੜਾ ਅੱਜ ਦਾ ਚੱਲੀ ਜਾਂਦਾ, ਉਹ ਜਦੋਂ ਸੁਧਾਰ ਸ਼ੰਕਰ ਆਏ ਸੀ ਉਦੋਂ ਵੀ ਚੱਲਦਾ ਸੀ, ਜਦੋਂ ਜੋਤੀ ਬਾਸੂ ਸੀ ਉਦੋਂ ਵੀ ਚੱਲਦਾ ਸੀ, ਅੱਜ ਮਮਤਾ ਆ ਗਈ ਅੱਜ ਵੀ ਚੱਲੀ ਜਾਂਦਾ, ਇਹ ਠੀਕ ਹੈ ਵੀ ਇਹ ਕੁੜੀ ਸੁਰਖੀਆਂ 'ਚ ਆ ਗਈ, ਉੱਥੇ ਤਾਂ ਰੋਜ਼ ਹੀ ਇਹੋ ਜਿਹਾ ਕਾਂਡ ਹੁੰਦਾ, ਉਹ ਤਾਂ ਅੱਜ ਦਾ ਨਹੀਂ ਹੈ, ਕੋਈ ਇਹੋ ਜਿਹੀ ਤਾਂ ਗੱਲ ਨਹੀਂ। ਪੰਜਾਬ ਸਰਕਾਰ ਕਹਿੰਦੀ ਸੁਧਾਰ ਕੀਤਾ ਸੀ ਇਹਨਾਂ ਹਸਪਤਾਲਾਂ 'ਚ, ਹੋਇਆ ਕੁਝ? ਇਸ ਮੁਲਕ 'ਚ ਸੁਧਾਰ ਹੋਣਾ ਬਹੁਤ ਮੁਸ਼ਕਲ ਹੈ, ਇਹ ਮੁਲਕ 'ਚ ਸੁਧਾਰ ਹੋਣਾ, ਹੁਣ 150 ਕਰੋੜ ਦੀ ਆਬਾਦੀ ਹੈ, ਨਾ ਤਾਂ ਆਬਾਦੀ 'ਤੇ ਕੰਟਰੋਲ ਹੈ, ਨਾ ਉਨੀ ਮਤਲਬ ਕਿਸੇ ਨੂੰ ਕੋਈ ਫੈਸਿਲਿਟੀ ਹੈ, ਇਹ ਕੋਈ ਮਤਲਬ ਮੁਲਕ ਥੋੜ੍ਹਾ ਹੋਇਆ ਤਾਂ ਜਿਹੋ ਜਿਹਾ ਗੋਰੂਆਂ ਵਾਂਗ ਹੱਕੀ ਫਿਰਦੇ ਆ, ਜਿਹੋ ਜਿਹਾ ਮਤਲਬ ਪਸ਼ੂਆਂ ਨੂੰ ਡੰਗਰਾਂ ਨੂੰ ਹੱਕੀ ਫਿਰਦੇ, ਉਵੇਂ ਡਾਕਟਰ ਕਰੀ ਜਾਂਦੇ, ਡਾਕਟਰ ਆਪਦੀਆਂ ਸਹੀ ਡਿਊਟੀਆਂ ਲੰਘਾਉਂਦੇ ਆ, ਦੇਖੋ ਕਿਸੇ ਕੋਲ ਡਾਕਟਰ ਕੋਲ ਜਾ ਕੇ ਉਹ ਵੀ ਤੁਹਾਡੇ ਕਰਕੇ ਰਾਂ ਠੀਕ ਆ, ਮਾੜਾ ਗੱਲਾਂ ਹੋਰ ਕਿਸੇ ਨਾਲ ਕਰੀ ਜਾਣਗੇ ਅਤੇ ਦਵਾਈ ਤੁਹਾਨੂੰ ਲਿਖੀ ਜਾਣਗੇ, ਅਤੇ ਇਹ ਤਾਂ ਸਾਰਾ ਜ਼ਿੰਮੇਵਾਰੀ ਕਿਹਦੀ ਹੈ ਇੱਥੇ, ਕੌਣ ਜ਼ਿੰਮੇਵਾਰੀ ਸਮਝਦਾ? ਕਿਵੇਂ ਲੱਗਦਾ ਜੀ, ਸਰਕਾਰ ਕਹਿੰਦੀ ਸੀ ਪ੍ਰਬੰਧ ਬਹੁਤ ਕੀਤੇ ਆ, ਦੇਖ ਕੇ ਲੱਗਦਾ ਸਖਾ 3 ਦਿਨ ਹੋ ਗਏ ਹੜਤਾਲ 'ਤੇ ਬੈਠਿਆਂ ਨੂੰ, ਉਹਨਾਂ ਦੀ ਵੀ ਨਹੀਂ ਸੁਣੀ ਜਾ ਰਹੀ, ਲੋਕਾਂ ਦੀ ਸੁਣੀ ਜਾਂਦੀ? ਨਾ ਜੀ ਨਾ, ਕੋਈ ਫੈਸਿਲਿਟੀ ਨਹੀਂ ਹੈ, ਇਹ ਤਾਂ ਸਭ ਤੋਂ ਪਹਿਲਾਂ ਤਾਂ ਜੇ ਸਾਡਾ ਜਿਵੇਂ ਕਹਿੰਦੇ ਆ ਸਿਹਤ ਕਰਨੀ ਹੈ ਸਹੂਲਤ ਸਿਹਤ ਦੀ, ਤਾਂ ਡਾਕਟਰ ਮੈਡੀਕਲ ਸਟਾਫ ਪੂਰਾ ਕੀਤਾ ਜਾਵੇ, ਤਦ ਹੀ ਸਾਨੂੰ ਇਹ ਦੇਖਣਗੇ। ਜਦੋਂ ਇੱਕ ਡਾਕਟਰ ਹੈ ਉਹਦੇ ਕੋਲ ਅਸੀਂ ਕਿੰਨੇ ਕਿੰਨੇ ਜਾ ਕੇ ਲੈਣਾ ਲੱਗੀ ਰਹਿੰਦੀ, ਅਲਮੇ ਅਲਮੇ ਕਤਾਰਾਂ, ਉਹ ਵੀ ਕਿੰਨਾ ਕੁ ਦੇਖ ਲੂਗਾ, ਮੈਡੀਕਲ ਸਟਾਫ ਹੋਣਾ ਜ਼ਰੂਰੀ ਹੈ ਪੂਰਾ, ਤਾਂ ਕਿ ਉਹ ਸਾਨੂੰ ਟਾਈਮ ਨਾਲ ਦੇਖੇ,
ਕੋਈ ਪੇਸ਼ੈਂਟ ਜਿਹੜਾ ਸਖਤ ਬਿਮਾਰ ਆ ਵਿਚਾਰਾ, ਉਹ ਕਿੰਨਾ ਚਿਰ ਵੇਟ ਕਰ ਸਕਦਾ ਹੈਗਾ। ਹੁਣ 8 ਵਜੇ ਦੇ ਆਏ ਹਾਂ, 11 ਵਜੇ ਤਾਂ ਇੱਥੇ ਆ ਕੇ ਪਤਾ ਲੱਗਿਆ ਵੀ ਪਰਚੀ ਕੱਟੀ ਜਾਊਗੀ। ਹਜੇ 11 ਵਜੇ ਵੀ ਪਰਚੀ ਕੱਟਣ ਦਾ ਸਾਡਾ ਨੰਬਰ ਪਤਾ ਨਹੀਂ 12 ਵਜੇ ਆਊਗਾ, ਉਹ 12 ਵਜੇ ਆਇਆ ਤਾਂ ਡਾਕਟਰ ਕੋਲ ਸਾਡਾ ਨੰਬਰ 2:30-3 ਵਜੇ ਆਊਗਾ। ਕੀ ਸਾਡਾ ਪੇਸ਼ੈਂਟ ਕੀ ਕਰੇ, ਕਿੱਥੇ ਜਾਵੇ, ਕੀ ਫੈਸਿਲਿਟੀ ਹੈ ਇੱਥੇ ਜਿਹੜੀ ਉਹਨੂੰ ਲੰਮਾ ਪਾ ਸਕੀਏ, ਇੱਥੇ ਕਰ ਲਏ। ਬੁਰਾ ਹਾਲ ਹੈ ਜੀ, ਕੁਛ ਨਹੀਂ ਹੈ। ਜਿਹੜੀਆਂ ਗੱਲਾਂ ਭਗਵੰਤ ਸਿੰਘ ਮਾਨ ਕਹਿੰਦੇ ਆ ਵੀ ਕ੍ਰਾਂਤੀ ਆ ਗਈ ਸਿੱਖਿਆ ਦੇ ਸਿਹਤ ਦੇ ਵਿੱਚ, ਉਹ ਆਈ ਲੱਗਦੀ ਹੈ? ਨਹੀਂ, ਹਜੇ ਤੱਕ ਕੁਛ ਨਹੀਂ ਹੈ, ਹਜੇ ਤੱਕ ਕੁਛ ਨਹੀਂ ਹੈ। ਸਿਰਫ ਇੱਕ ਸਰਕਾਰ ਦਾ ਬਦਲਣ 'ਤੇ ਇੱਕ ਵਾਰ ਹੋਊਗਾ ਜ਼ਰੂਰ ਸੀਗਾ ਕਿ ਹਾਂ ਵੀ ਇਹ ਆ ਗਏ, ਉਹ ਥੋੜ੍ਹਾ ਸੁਧਾਰ ਹੋਇਆ, ਬਟ ਹੁਣ ਲੋਕ ਉਨੀ ਉਹ ਜਿਹੜਾ ਕਰਪਸ਼ਨ ਸਿਸਟਮ ਆ ਜਾਂ ਹੋਰ ਆ ਵੱਧਦਾ ਫਿਰ ਜਾ ਰਿਹਾ ਹੈਗਾ ਸੇਮ। ਹੋ ਰਹੀ ਹੈ ਜੀ ਖੱਜਲ-ਖੁਆਰੀ? ਮੈਂ ਤਾਂ ਕੁਛ ਨਹੀਂ ਬੋਲਣਾ ਚਾਹੁੰਦਾ, ਮੈਂ ਤਾਂ ਕੁਛ ਨਹੀਂ ਬੋਲਣਾ ਚਾਹੁੰਦਾ। ਅੱਜ ਦਿਸਕੀ ਜਾਂਦਾ ਜੀ, ਮੈਂ 6 ਵਜੇ ਦਾ ਹੋਇਆ ਇੱਥੇ ਲਾਈਨ 'ਚ ਲੱਗਿਆ ਬੈਠਾ, 6 ਵਜੇ ਲੱਗਿਆ, 6 ਵਜੇ ਲੱਗਿਆ ਲਾਈਨ 'ਚ ਵੀ ਦਵਾਈ ਪਹਿਲਾਂ ਮਿਲ ਜੂ, ਅਤੇ ਬਚ ਗਏ ਹੁਣ 9:30 ਦਾ ਟਾਈਮ ਹੋ ਗਿਆ। ਦੇਖੋ ਸਭ ਨੂੰ ਪਤਾ ਹੈ, ਸਾਰੇ ਦੇਖੀ ਜਾਂਦੇ ਰੋਗ। ਕਿਵੇਂ ਸਰਕਾਰ ਦੇ ਪ੍ਰਬੰਧ ਫਿਰ ਕਿਵੇਂ ਲੱਗਦੇ ਆ? ਕੁਛ ਨਹੀਂ ਲੱਗਦਾ ਜੀ, ਇਹ ਤਾਂ ਅੱਗੇ ਨੂੰ ਵੀ ਵੱਧਦਾ ਜਾਂਦਾ ਕੰਮ, ਵੱਧਦਾ ਜਾਂਦਾ ਲੱਗਦਾ ਜੀ। ਸਰਕਾਰ ਕਹਿੰਦੀ ਸਿਹਤ ਕ੍ਰਾਂਤੀ ਆਊਗੀ, ਅਸਲ ਦੇ ਵਿੱਚ ਜਿਹੜੀਆਂ ਪੁਰਾਣੀਆਂ ਆਦਤਾਂ ਪਈਆਂ ਹੋਈਆਂ ਨਾ, ਸਰਕਾਰ ਨੂੰ ਤਾਂ ਬਦਨਾਮ ਜਦੋਂ ਮਰਜ਼ੀ ਕਰ ਲਓ ਕੋਈ, ਬਟ ਜਿਹੜੀਆਂ ਪੁਰਾਣੀਆਂ ਆਦਤਾਂ ਟਾਈਮ ਤਾਂ ਲੈਣਗੀਆਂ ਨਾ, ਉਹ ਸੁਧਰਨ ਦੇ ਵਾਸਤੇ ਗੌਰਮੈਂਟ ਕਰਦੀ ਹੈ ਤਾਂ ਲੋਕ ਉਹੀ ਵਿਰੁੱਧ ਹੋ ਜਾਂਦੇ ਆ, ਜੇ ਕੋਈ ਸਖਤੀ ਕਰਦੀ ਹੈ ਤਾਂ ਦੂਜੀਆਂ ਪਾਰਟੀਆਂ ਹੋਰ ਰੌਲਾ ਪਾਉਣ ਚੱਕ ਦਿੰਦੀਆਂ ਪੱਟੇ। ਬੇਮਤਲਬ ਆ ਵੀ ਜਦੋਂ ਬਦਨਾਮ ਕਰਨਾ, ਬਸ ਵੀ ਉਹਨਾਂ ਨੇ ਰਾਜ ਕੀਤਾ ਉਦੋਂ ਤਾਂ ਵਧੀਆ ਸੀ, ਹੁਣ ਸ਼ਾਇਦ ਪਤਾ ਨਹੀਂ ਕੀ ਆਫਟਰ ਆਲ, ਤਾਂ ਉਹ ਜਿਹੜਾ ਉਹ ਹੀ ਚੱਲ ਰਿਹਾ ਨਾ ਸਿਸਟਮ, ਤਾਂ ਉਸ ਨੂੰ ਸੁਧਾਰ ਵਾਸਤੇ ਟਾਈਮ ਚਾਹੀਦਾ ਗੌਰਮੈਂਟ ਨੂੰ। ਮੈਂ ਤਾਂ ਇਹ ਕਹੂੰਗਾ ਵੀ ਵਧੀਆ ਕਰ ਰਹੀ ਹੈ, ਜਿਹੜਾ ਕਿ ਮਤਲਬ ਟਾਈਮ ਤਾਂ ਲੱਗੂਗਾ, ਕੋਈ ਵੀ ਚੀਜ਼ ਹੈ ਉਹਨੂੰ ਵਧੀਆ ਕਰਨ ਵਾਸਤੇ ਜੇ ਕੋਈ ਸਟੈਪ ਇਦੋਂ ਪਹਿਲਾਂ ਲੈ ਗਏ ਤਾਂ ਉਦੋਂ ਸਰਕਾਰ ਦੇ ਵਿਰੁੱਧ ਹੋ ਗਏ ਵੀ ਇਹ ਕਿਉਂ ਐਂ ਕਿਉਂ ਕਰੀ ਜਾਂਦੇ ਆ, ਮਤਲਬ ਬਸ ਇੰਨਾ ਹੀ ਕਹਿ ਸਕਦੇ ਹਾਂ ਵੀ। ਕੀ ਲੱਗਦਾ ਤੁਹਾਨੂੰ, ਕੀ ਲੱਗਦਾ ਜੀ ਸੁਧਾਰ 2.5 ਸਾਲਾਂ ਦੇ ਵਿੱਚ ਇਹ ਸਰਕਾਰ ਕਹਿੰਦੀ ਜੀ ਲੱਗ ਨਹੀਂ ਰਿਹਾ ਜੀ ਕੁਛ, ਹਜੇ ਤੱਕ ਤਾਂ ਕੁਛ ਨਹੀਂ ਲੱਗ ਰਿਹਾ ਜੀ। ਫਿਰ ਡਾਕਟਰਾਂ ਦੀ ਮੰਗਾਂ ਤਾਂ ਜਾਇਜ਼ ਹੀ ਨੇ, ਉਹ ਤਾਂ ਆਪਾਂ ਨੂੰ ਵੀ ਚਾਹੀਦਾ ਵੀ ਉਹ ਪਤਾ ਵੀ ਬਲਾਤਕਾਰ ਜੋ ਵੀ ਹੋਏ ਨੇ ਉਹਨਾਂ ਨੂੰ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਬਾਕੀ ਸੁਧਾਰ ਕਹਿ ਰਹੇ ਕਿ ਸਟਾਫ ਪੂਰਾ ਕਰੋ, ਸਾਨੂੰ ਮੈਡੀਕਲ ਸਟਾਫ ਪੂਰਾ ਦਿਓ ਤਾਂ ਕਿ ਅਸੀਂ ਇਲਾਜ ਸਹੀ ਕਰ ਸਕੀਏ। ਇਹ ਤਾਂ ਸਟਾਫ ਤਾਂ ਪੂਰਾ ਚਾਹੀਦਾ ਜੀ, ਉਹ ਤਾਂ ਆਪਾਂ ਨੂੰ ਪਤਾ ਜੀ ਕਿੰਨੀ ਦੂਰੋਂ ਆਉਂਦੀ ਦੁਨੀਆ ਜੀ, ਅਸੀਂ ਵੀ ਹੁਣ ਬਾਹਰ ਤੋਂ ਆਏ ਹਾਂ ਟੈਸਟ ਕਰਾਉਣ, ਅੱਗੋਂ ਹੜਤਾਲ ਆ, ਅਸੀਂ ਵੀ ਪਰੇਸ਼ਾਨ ਹੈਗੇ ਹਾਂ। ਸਰਕਾਰ ਨੂੰ ਚਾਹੀਦੀ ਆ ਵੀ ਉਹਨਾਂ ਦੀਆਂ ਮੰਗਾਂ ਡਾਕਟਰਾਂ ਦੀਆਂ ਪੂਰੀਆਂ ਕਰਨ, ਬਾਕੀ ਹੁਣ ਸਰਕਾਰ ਦਾ ਕੀ ਕਹਿ ਸਕਦੇ ਹਾਂ ਜੀ, ਉਹਨਾਂ ਦੀ ਮਰਜ਼ੀ ਹੈ ਜੀ। ਬਾਅਦ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਪਹਿਲਾਂ ਹੀ ਲਾਈਨਾਂ 'ਚ ਲੱਗੇ ਬੈਠੇ ਆ, OPD ਹਾਲੇ 11 ਵਜੇ ਖੁੱਲ੍ਹਣੀ ਹੈ, ਬਠਿੰਡਾ ਹਸਪਤਾਲ ਦਾ ਇਹ ਹਾਲ ਹੈ। ਸਰਕਾਰ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ, ਅੱਗਾ ਦੌੜ ਪਿੱਛਾ ਚੌੜ ਛੱਡ ਕੇ ਜਿਹੜੀਆਂ ਡਾਕਟਰਾਂ ਦੀਆਂ ਮੰਗਾਂ ਉਹ ਮੰਨ ਕੇ ਇਹਨਾਂ ਮਰੀਜ਼ਾਂ ਨੂੰ ਡਰਾਬਾ ਆਸਰੇ ਨਾ ਛੱਡਿਆ ਜਾਵੇ। ਅੱਜ 11 ਵਜੇ ਤੱਕ ਇਹਨਾਂ ਨੂੰ ਕਿਸੇ ਨੇ ਦੇਖਣਾ ਨਹੀਂ, ਬੇਸ਼ੱਕ ਅੱਜ ਹੜਤਾਲ ਇੱਕ ਵਾਰ ਖਤਮ ਹੋ ਜਾਵੇਗੀ, ਪਰ ਜੇ ਉਸ ਤੋਂ ਬਾਅਦ ਪੱਕੇ ਤੌਰ 'ਤੇ ਡਾਕਟਰ ਹੜਤਾਲ 'ਤੇ ਚਲੇ ਗਏ, ਪਰ ਇਹਨਾਂ ਦਾ ਬਾਲੀ ਵਾਰਸ ਕੌਣ ਹੈ, ਇਹਨਾਂ ਦੀ ਪੁੱਛ ਪੜਤਾਲ ਕੌਣ ਕਰੇਗਾ, ਇਹਨਾਂ ਨੂੰ ਗੱਲਬਾਤ ਕੌਣ ਸੁਣੇਗਾ? ਪਿੱਛੇ ਮਾਈਆਂ ਬੈਠੀਆਂ ਨੇ, ਇੱਕ ਵਾਰ ਪੁੱਛ ਲੈਂਦੇ ਹਾਂ ਕਦੋਂ ਕਦੋਂ ਤੋਂ ਆਏ ਹੋਏ ਆ, ਕਿੰਨੇ ਵਜੇ ਤੋਂ ਆਏ ਹੋ ਜੀ ਤੁਸੀਂ? ਮਲੂਕੇ ਤੋਂ ਜੀ, ਮਲੂਕੇ ਤੋਂ। ਕਿੰਨੇ ਵਜੇ ਦੇ ਆਏ? ਅਸੀਂ 8 ਵਜੇ ਦੇ ਆਏ ਹੋਏ ਜੀ। ਹਾਂਜੀ, ਵੀ ਅੱਜ ਪਰਚੀ 11 ਵਜੇ ਕੱਟੀ ਜਾਣੀ ਪਤਾ ਜੀ? ਨਹੀਂ ਜੀ, ਸਾਨੂੰ ਨਹੀਂ ਪਤਾ ਜੀ, ਨਹੀਂ ਜੀ। ਹਾਂਜੀ, ਤੁਸੀਂ ਕਿੰਨੇ ਵਜੇ ਆਏ? ਅਸੀਂ ਵੀ 8 ਵਜੇ ਆਏ ਹਾਂ। ਸਾਰੇ ਕੋਈ 8 ਵਜੇ ਦੇ ਆ ਕੇ ਇੱਥੇ ਬੈਠੇ ਹੋ, ਹਾਂ ਕੋਈ 7 ਵਜੇ ਦਾ ਹੀ ਬੈਠਾ, ਤਾਂ ਇਹ ਹਾਲਾਤ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਹਾਲਾਤ ਦੇ ਵਿੱਚ ਮਰੀਜ਼ ਬੈਠੇ ਆ, ਕੀ ਹਾਲਾਤ ਹੈ, ਤਾਂ ਇੱਥੇ ਜ਼ਰੂਰ ਇਹਨਾਂ ਚੀਜ਼ਾਂ ਵੱਲ ਗੌਰ ਕਰਨ ਦੀ ਲੋੜ ਹੈ। ਸਰਕਾਰ ਸਿਰਫ TV ਅਤੇ ਮਸ਼ਹੂਰੀਆਂ ਦੇ ਵਿੱਚ ਜਾਂ ਆਪਦੇ ਚਹੇਤੇ ਚੈਨਲਾਂ ਦੇ ਉੱਤੇ ਫੜਾ ਨਾ ਮਾਰੇ, ਜ਼ਮੀਨ 'ਤੇ ਆ ਕੇ ਦੇਖੇ, ਜ਼ਮੀਨ ਕੁਝ ਵੱਖਰੀ ਹੈ, ਹਾਲਾਤ ਕੁਝ ਵੱਖਰੇ ਆ ਇਸ ਵਕਤ।